ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰ ਨਾਨਕ ਪ੍ਰਗਟਿਆ ਮਿੱਟੀ ਧੰਦ ਜਗ ਚਾਨਣ ਹੋਆ ਸਹਿਬ ਸਤਗੁਰੁ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਪ੍ਰਕਾਸ਼ ਹੋਇਆ ਸਤਗੁਰਾਂ ਦਾ ਔਰ ਉਸ ਅਸਥਾਨ ਤੇ ਰਾਏ ਬਲਾਰ ਜੀ ਨੇ ਸਤਗੁਰਾਂ ਦੇ ਸਾਨਮਖ ਹੋ ਕੇ 750 ਮਰਬਾ ਸਤਗੁਰਾਂ ਨੂੰ ਅਰਪਿਤ ਕੀਤਾ ਔਰ ਉਹ ਜਿਹੜੇ ਜ਼ਮੀਨ ਆ ਨਨਕਾਣਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੀ ਮਾਲਕੀ ਆ ਤੇ ਗੁਰਦੁਆਰਾ ਸਾਹਿਬ ਦੇ ਨਾਲ ਹੀ ਉਹ ਅੱਜ ਤੱਕ ਅਟੈਚ ਰਹੀ ਆ ਪਰ ਅੱਜੇ ਮੈਨੂੰ ਪਤਾ ਲੱਗਾ ਕਿ ਇਹਨਾਂ 40 ਜਿਹੜੇ ਪਿੰਡ ਆ ਜਿਹਨਾਂ ਪਿੰਡਾਂ ਦੇ ਵਿੱਚ ਇਹ ਸਤਗੁਰਾਂ ਦੇ ਨਾਮ ਤੇ ਨਨਕਾਣਾ ਸਾਹਿਬ ਦੇ ਨਾਮ ਤੇ ਜ਼ਮੀਨ ਜਿਹੜੀ ਉਹ ਬੋਲਦੀ ਆ ਰੈਵਨਿਊ ਰਿਕਾਰਡ ਦੇ ਵਿੱਚ ਉਹਦੇ ਵਿੱਚੋਂ 60% ਜ਼ਮੀਨ ਉਹ 40 ਪਿੰਡਾਂ ਦੀ ਉਹ ਕਿਸੇ ਹੋਰ ਟਰੱਸਟ ਦੇ ਨਾਲ ਨਹੀਂ ਕਿਸੇ ਹੋਰ ਕਾਰਜ ਦੇ ਨਾਲ ਉਹ ਜੋੜ ਲਈ ਆ ਤੇ ਨਨਕਾਣਾ ਸਾਹਿਬ ਦੀ ਮਾਲਕੀ ਦੇ ਵਿੱਚੋਂ ਉਹਨੂੰ ਜਿਹੜਾ ਆ ਰਿਮੂਵ ਕਰ ਦਿੱਤਾ ਤੇ ਮੈਂ ਸਮਝਦਾ ਕਿ ਉੱਥੋਂ ਦੀ ਅਥਾਰਟिटीज ਜਿਹੜੀਆਂ ਖਾਸ ਕਰਕੇ ਅਕਾਪ ਆਫੀਸਰ ਆ ਜਿਹੜੇ ਇਹ ਗੁਰਦਵਾਰਾ ਫਹਿਬਾਨਾਂ ਦੀ ਸਾਰੀ ਪ੍ਰਾਪਰਟੀ ਦੀ ਦੇਖਭਾਲ ਕਰਦੇ ਆ ਉਹਨਾਂ ਨੂੰ ਤੁਰੰਤ ਹਰਕਤ ਵਿੱਚ ਆਉਣਾ ਚਾਹੀਦਾ ਤਾਂ ਕਿ ਇਹ ਜ਼ਮੀਨ ਅੱਜ ਨਨਕਾਣਾ ਸਾਹਿਬ ٹرسٹ ਤੋਂ ਹਟਾ ਕੇ ਜਿਸ ਲਈ ਦੂਸਰੇ ਕਾਰਜਾਂ ਲਈ ਵਰਤੀ ਜਾਊਗੀ ਤੇ ਮੈਨੂੰ ਇਹ ਖਾਸ ਆ ਕਿ ਸਾਰੀ ਦੀ ਸਾਰੀ ਜ਼ਮੀਨ ਜਿਹੜੀ ਆ ਇਹ ਖੁਰਦ-ਵਰਦ ਹੋ ਜਾਣੀ ਆ ਸੋ ਪੰਜਾਬ ਹਿੰਦ ਜਿਹੜੇ ਪਾਕਿਸਤਾਨ ਦੇ ਸਾਡੇ ਸਿੱਖ ਆ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਤੁਸੀਂ ਵੀ ਹਰਕਤ ਵਿੱਚ ਆਓ ਕਿਉਂਕਿ ਗੁਰੂ ਸਾਹਿਬ ਜੀ ਦੇ ਪਵਿੱਤਰ ਸਥਾਨ ਨਾਲ ਜੁੜੀ ਹੋਈ ਮਾਲਕੀ ਆ ਤੇ ਤੁਸੀਂ ਵੀ ਹਾਈ ਕੋਰਟ ਦੇ ਵਿੱਚ ਰੈਟ ਪਾਓ ਕਿ ਇਹ ਪ੍ਰਾਪਰਟੀ ਜਿਹੜੀ ਨਨਕਾਣਾ ਸਾਹਿਬ ਦੀ ਮਾਲਕੀ ਆ ਇਹਨੂੰ ਬਚਾਇਆ ਜਾ ਸਕੇ ਤੇ ਪਾਕਿਸਤਾਨ ਦੀ ਸਰਕਾਰ ਨੂੰ ਵੀ ਤੇ ਖਾਸ ਕਰਕੇ ਕਾਫ ਬੋਰਡ ਨੂੰ ਬੇਨਤੀ ਕਰਦਾ ਕਿ ਤੁਸੀਂ ਵੀ ਤੁਰੰਤ ਹਰਕਤ ਵਿੱਚ ਆਓ ਇਹ ਜ਼ਮੀਨ ਦੀ ਮਾਲਕੀ ਨਾਲ ਕਿਸੇ ਵੀ ਟੰਗ ਨਾਲ ਛੇੜਛਾੜ ਨਹੀਂ ਹੋਣੀ ਚਾਹੀਦੀ ਸੋ ਜਿਹੜੀ ਵੀ ਇਹ ਨੋਟੀਫਿਕੇਸ਼ਨ ਹੋਈ ਆ ਤੇ ਮੇਰੀ ਜਿਹੜੀ ਮੈਨੂੰ ਇਨਫੋਰਮੇਸ਼ਨ ਮਿਲੀ ਆ ਉਹਦੇ ਮੁਤਾਬਕ ਤਕਰੀਬਨ 60% 18000 ਕੁਝ ਬਿੱਗਾ ਆ ਤੇ ਉਹ ਉਹਦੇ ਵਿੱਚੋਂ 60% ਪ੍ਰਾਪਰਟੀ ਜਿਹੜੀ ਆ ਉਹ ਕਿਸੇ ਹੋਰ ਕਾਰਜ ਦੇ ਜੋੜੀ ਜਾ ਰਹੀ ਆ ਜਿਹੜੀ ਕਿ ਅਤ ਨਿੰਦਣਯੋਗ ਆ ਸੋ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਨੂੰ ਇਹ ਬੇਨਤੀ ਕਰਦਾ ਅਸੀਂ ਈਮੇਲ ਵੀ ਕਰਾਂਗੇ ਉਹਨਾਂ ਨੂੰ ਕਿ ਇਹ ਜਿਹੜਾ ਕਾਰਜ ਇਹਨਾਂ ਨੇ ਸ਼ੁਰੂ ਕੀਤਾ ਇਹ ਕਾਰਜ ਨੂੰ ਤੁਰੰਤ ਬੰਦ ਕਰਕੇ ਐਜ਼ ਇਟ ਇਜ਼ ਜਿਹੜੀ ਮਾਲਕੀਆ ਉਹ ਰਹਿਣ ਦੇਣੀ ਚਾਹੀਦੀ ਆ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਇਸ ਵੇਲੇ ਮੌਜੂਦਾ ਪ੍ਰਧਾਨ ਆ ਉਸ ਗੁਰਦੁਆਰਾ ਕਮੇਟੀ ਦੇ ਸਾਰਿਆਂ ਦੇ ਕਿਉਂਕਿ ਇੱਕੋ ਹੀ ਪ੍ਰਧਾਨ ਹੁੰਦਾ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਹਨਾਂ ਨੂੰ ਵੀ ਤੁਰੰਤ ਜਿਹੜਾ ਆ ਇਹਦਾ ਐਕਸ਼ਨ ਲੈਣਾ ਚਾਹੀਦਾ ਆ ਨਹੀਂ ਤਾਂ ਫਿਰ ਹੌਲੀ-ਹੌਲੀ ਇਹ ਸਾਰੀ ਜਿਹੜੀ ਸਹਿਬਾਂ ਦੇ ਨਾਮ ਦੇ ਉੱਤੇ ਉਹ ਪ੍ਰਾਪਰਟੀ ਉਹ ਸਾਰੀ ਖੁਰਦ-ਵਰਦ ਹੋ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ